ਹਾਂਜੀ ਕੀ ਹਾਲ ਚਾਲ ਜੀ, ਤੁਸੀਂ ਦੇਖ ਰਹੇ ਹੋ ਆਪਣਾ ਹਰਚਾਲ ਯੂਟਿਊਬ ਚੈਨਲ ਤੇ ਅੱਜ ਪਹੁੰਚਿਆ ਲਾਈਨ ਅਪ ਸਟੂਡੀਓ ਤੇ ਇੱਕ ਛੋਟੇ ਲਈ ਨਵੀਂ ਵੀਡੀਓ ਲੈ ਕੇ ਤੇ ਅੱਜ ਸਾਡੇ ਨਾਲ ਨੇ ਫੇਰ ਜਸਕਰਨ ਵੀਰ। ਹੁਣ ਬਾਈ ਸਾਨੂੰ ਦਿਖਾਉਣਗੇ ਜਿਹੜਾ ਅੱਜ ਆਪਾਂ ਟੈਟੂ ਬਣਾ ਰਹੇ ਹਾਂਗੇ ਤੇ ਹੁਣ ਦੱਸਣਗੇ ਜਸਕਰਨ ਬਾਈ ਟੈਟੂ ਬਾਰੇ। ਸਤਿ ਸ਼੍ਰੀ ਅਕਾਲ ਵੀਰੇ, ਪਹਿਲਾਂ ਸਾਰਿਆਂ ਨੂੰ ਦੇਖਣ ਵਾਲੇ ਮੇਰੇ ਵੀਰਾਂ ਨੂੰ, ਅੱਜ ਆਪਾਂ ਵੀਰੇ ਬਣਾ ਰਹੇ ਹਾਂਗੇ 3D ਕੰਪਾਸ ਟੈਟੂ। ਤੇ ਇਹ ਟੈਟੂ ਦਾ ਮੀਨਿੰਗ ਹੈ ਟਾਈਮ ਰਿਲੇਟਿਵ, ਤੇ ਇਹ ਟੈਟੂ ਬਣ ਰਿਹਾ ਆਪਣੇ ਅਜੇ ਵੀਰ ਦੇ। ਹਾਂਜੀ ਜਸਕਰਨ ਬਾਈ ਜੀ, ਕਰਤਾ ਟੈਟੂ ਸਟਾਰਟ ਫਿਰ? ਹਾਂਜੀ ਹਾਂਜੀ, ਉਹਦੇ ਸਟਾਰਟ ਹੈ। ਚਲੋ ਜੀ ਫਿਰ ਦਿਖਾਉਣੇ ਆ ਹੁਣ। ਤੁਸੀਂ ਵੀਡੀਓ ਦੇਖੀ ਦੀ ਬਣਦੇ ਦੀ ਟੈਟੂ ਦੀ, ਤੇ 80% ਹੋ ਗਿਆ ਕੰਪਲੀਟ ਟੈਟੂ। ਤੇ ਹੁਣ ਜਸਕਰਨ ਵੀਰ ਤੁਹਾਨੂੰ ਦੱਸਣਗੇ ਟੈਟੂ ਬਾਰੇ। ਹਾਂਜੀ ਜਸਕਰਨ ਬਾਈ ਜੀ, ਕੀ ਰਿਪੋਰਟ ਹੈ ਟੈਟੂ ਦੀ? ਟੈਟੂ ਓਕੇ ਬਈ ਯਾਰ, ਤੇ 80% ਬਣ ਗਿਆ ਟੈਟੂ, ਤੇ ਤੁਸੀਂ ਚੈੱਕ ਕਰ ਸਕਦੇ ਹੋ। ਹਾਂਜੀ ਕੀ ਬਾਤ ਹੈ, ਹਾਲੇ ਸ਼ੇਡਿੰਗ ਵਰਕ ਬਾਕੀ ਆ, ਇੱਥੇ ਸ਼ੇਡਿੰਗ ਹੋਣੀ ਆ, ਤੇ ਸਾਰੀ ਡਿਟੇਲ ਬਾਕੀ ਆ, ਵਾਈਟ ਦਾ ਕਲਰ ਹੋਣ ਦਾ ਬਾਕੀ ਆ। ਤੇ ਇਹ ਟੈਟੂ ਹੈਗਾ ਕੰਪਾਸ ਟੈਟੂ, ਤੇ ਇਹਦਾ ਕੋਈ ਮੀਨਿੰਗ ਤਾਂ ਇੰਨਾ ਹੈ ਨੀਗਾ, ਬਟ ਐਂ ਵੀ ਇੱਕ ਸ਼ੌਂਕ ਨੂੰ ਟੈਟੂ ਹੈ, ਸ਼ੌਂਕ ਵਾਸਤੇ ਬਣਵਾਇਆ ਬਾਈ ਨੇ। ਬਾਈ ਆਪਣਾ ਭੁੱਚੋ ਮੰਡੀ ਤੋਂ ਆਇਆ ਟੈਟੂ ਕਰਾਉਣ ਲਈ, ਤੇ ਬਾਈ ਕਿੰਨੀ ਕੈਮਰਾ ਕਰੋ ਬਾਈ, ਕਿੰਨਾ ਕੁ ਪੇਨਫੁਲ ਰਿਹਾ? ਨਹੀਂ ਨਾਰਮਲ ਸੀ ਵੀਰੇ। ਤੇ ਟੈਟੂ ਕਿਵੇਂ ਲੱਗਾ ਬਾਈ ਹੁਣ ਤੱਕ? ਬਹੁਤ ਵਧੀਆ ਲੱਗ ਰਿਹਾ ਵੀਰੇ। ਤੇ ਜਸਕਰਨ ਵੀਰ ਫਿਰ ਬਣਾਉਣ ਲੱਗ ਗਏ ਟੈਟੂ, ਤੇ 2 ਮਿੰਟ ਲਈ ਹੈ ਰੈਸਟ। ਹਾਂਜੀ ਟੈਟੂ ਹੋ ਗਿਆ ਕੰਪਲੀਟ ਆਪਣਾ, ਤੇ ਤੁਸੀਂ ਵੀਡੀਓ ਤੁਸੀਂ ਦੇਖ ਲਈ ਆ, ਤੇ ਆਹ ਆਪਣਾ ਟੈਟੂ ਆਇਆ ਨੂੰ ਆਪਾਂ ਕਵਰ ਅਪ ਕਰਤਾ ਇਸ ਟਾਈਮ। ਤੇ ਬਾਈ ਟੈਟੂ ਕਿਵੇਂ ਲੱਗਿਆ? ਬਹੁਤ ਵਧੀਆ, ਬਹੁਤ ਸੋਹਣਾ ਬਣਾਇਆ ਜੀ। ਬਾਈ ਕਿੰਨਾ ਕੁ ਪੇਨਫੁਲ ਰਿਹਾ? ਨਾਰਮਲ ਨਾਰਮਲ ਪੇਨਫੁਲ ਸੀ। ਠੀਕ ਹੈ ਬਾਈ। ਤੇ ਬਾਈ ਨੇ ਟੈਟੂ ਦਾ ਰਿਵਿਊ ਸਾਨੂੰ ਦਿਖਾਤਾ ਤੇ ਬਣਾਤਾ ਤੇ ਓਕੇ ਰਿਪੋਰਟ ਕੰਮ ਕਰਤਾ। ਤੇ ਹੁਣ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ 'ਚ, ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਲਾਈਕ, ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਆਉਣ ਵਾਲੀਆਂ ਵੀਡੀਓ ਦੇਖਣ ਲਈ ਬੈੱਲ ਆਈਕਨ ਵੀ ਕਰ ਦਿਓ ਪ੍ਰੈਸ। ਤੇ ਹੁਣ ਤੁਹਾਨੂੰ ਮਿਲਦੇ ਹਾਂ ਨਵੀਂ ਵੀਡੀਓ 'ਚ।